ਖ਼ਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾ ਪੇਸ਼ ਨੇ ਚੌੜੀਆਂ ਖ਼ਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਟੀਕੇ ਦੀ ਸਪੁਰਦਗੀ ਵੰਡ ਅਤੇ ਪ੍ਰਬੰਧਨ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਟੀਕੇ ਦੀ ਖੋਜ ਵਿਕਾਸ ਅਤੇ ਨਿਰਮਾਣ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਕੀਤੀ ਅੱਜ ਤੋਂ ਸ਼ੁਰੂ ਹੋ ਰਹੇ 15ਵੇਂ ਜੀਵੀ ਸੰਮੇਲਨ ਤੇ ਸਾਊਦੀ ਅਰਬ ਦੇ ਵਿਸ਼ੇਸ਼ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ। ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੇਂਡੂ ਆਵਾਸ ਯੋਜਨਾ ਦੇ ਘੇਰੇ ਅੰਦਰ ਵੱਧ ਤੋਂ ਵੱਧ ਲਾਪਾਤਰੀਆਂ ਨੂੰ ਲਿਆਉਣ ਦਾ ਸੱਦਾ ਦਿੱਤਾ। ਕਿਹਾ ਇਸ ਯੋਜਨਾ ਤਹਿ ਦੋ ਕਰੋੜ 95 ਲੱਖ ਮਕਾਨ ਬਣਾਉਣ ਦਾ ਟੀਚਾ ਹੈ। ਪੰਜਾਬ ਨੇ ਦੇਸ਼ ਭਾਰਤੀ ਹੋਈ ਝੋਨੇ ਦੀ ਕੁੱਲ ਖਰੀਦ ਵਿੱਚ 68.74% ਦਾ ਯੋਗਦਾਨ ਪਾਇਆ ਝੋਨੇ ਦੀ ਕੁੱਲ ਖਰੀਦ ਤਹਿ ਤਕਰੀਬਨ 25 ਲੱਖ ਤੋਂ ਵੱਧ ਕਿਸਾਨਾਂ ਨੂੰ ਐਮਐਸਪੀ ਤਹਿਤ 55000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਚੜ੍ਹਦੇ ਸੂਰਜ ਨੂੰ ਅਰਗ ਦੇਣ ਨਾਲ 4 ਦਿਨਾਂ ਤੱਕ ਚੱਲਿਆ ਛੱਟ ਪੂਜਾ ਦਾ ਤਿਉਹਾਰ ਧਾਰਮਿਕ ਸ਼ਰਧਾ ਤੇ ਰਵਾਇਤਾ ਨਾਲ ਮੁਕੰਮਲ ਸ਼ਾਟ ਪੂਜਾ ਦੇ ਤੇ ਹਰ ਮੌਕੇ ਸੂਰਜ ਦੇਵਤਾ ਤੇ ਉਹਨਾਂ ਦੀ ਪਤਨੀ ਊਸ਼ਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਟੀਕੇ ਦੀ ਸਪੁਰਦਗੀ ਵੰਡ ਅਤੇ ਪ੍ਰਬੰਧਨ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਟੀਕਾ ਵਿਕਸਿਤ ਕਰਨ ਤੇ ਜੁਟੇ ਵਿਗਿਆਨੀਆਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਮਹਾਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਟੀਕੇ ਦੀ ਖੋਜ ਵਿਕਾਸ ਅਤੇ ਨਿਰਮਾਣ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਨੇ ਭਾਰਤ ਵਿਕੇ ਪੰਜ ਟੀਕੇ ਵਿਕਾਸ ਦੇ ਐਡਵਾਂਸ ਪੱਧਰ ਤੱਕ ਪਹੁੰਚ ਗਏ ਨੇ ਇਹਨਾਂ ਵਿੱਚੋਂ ਚਾਰ ਟੀਕੇ ਦੂਜੇ ਜਾਤੀ ਜੇਗੜ ਵਿੱਚ ਨੇ ਜਦਕਿ ਇੱਕ ਟੀਕਾ ਪਹਿਲੇ ਅਤੇ ਦੂਜੇ ਗੇੜ ਤੇ ਚੱਲ ਰਿਹਾ ਏ ਬੰਗਲਾਦੇਸ਼ ਮਿਆਂਮਾਰ ਕਤਰ ਪੋਟਾਂ ਸਵਿਟਜ਼ਰਲੈਂਡ ਬਹਿਰਨ ਆਸਟਰੀਆ ਅਤੇ ਦੱਖਣ ਕੋਰੀਆ ਵਰਗੇ ਦੇਸ਼ਾਂ ਨੇ ਭਾਰਤ ਵੱਲੋਂ ਟੀਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਇਸ ਦੀ ਵਰਤੋਂ ਦੀ ਭਾਈਵਾਲੀ ਵਿੱਚ ਦਿਲਚਸਪੀ ਦਿਖਾਈ ਹੈ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਟੀਕਾ ਮੁਕੰਮਲ ਹੋਣ ਦੀ ਸਥਿਤੀ ਵਿੱਚ ਛੇਤੀ ਤੋਂ ਛੇਤੀ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਕਰਨ ਲਈ ਸਮੇਂਤੇ ਇਸ ਦੀ ਖਰੀਦ ਉਪਲਬਧਤਾ ਯਕੀਨੀ ਬਣਾਉਣ ਲਈ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਡਾਟਾਬੇਸ ਕੋਲਡ ਚੇਨ ਵਧਾਉਣ ਅਤੇ ਸੂਈਆਂ ਦੀ ਖਰੀਦ ਦੀ ਤਿਆਰੀ ਲਈ ਲੋੜੀਂਦੇ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਮੈਡੀਕਲ ਅਤੇ ਨਰਸਿੰਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਟੀਕਾ ਕਰਨ ਪ੍ਰੋਗਰਾਮ ਦੀ ਸਿਖਲਾਈ ਅਤੇ ਲਾਗੂ ਕਰਨ 'ਚ ਸ਼ਾਮਲ ਕੀਤਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਕਦਮ ਇਸ ਟੰਗ ਨਾਲ ਚੁੱਕਿਆ ਜਾ ਸਕੇ ਕਿ ਜਿਸ ਨਾਲ ਲੋੜੀਂਦੇ ਟੀਕੇ ਹਰ ਥਾਂ ਅਤੇ ਵਿਅਕਤੀ ਤੱਕ ਪਹਿਲ ਦੇ ਆਧਾਰ ਤੇ ਪੁੱਜਣ। ਪ੍ਰਧਾਨ ਮੰਤਰੀ ਨੇ ਸਾਰੇ ਉੱਗੇ ਕੌਮੀ ਅਤੇ ਕੁਮਾਂਦਰੀ ਆਧਾਰਿਆਂ ਅਤੇ ਹੋਰ ਜ਼ਿੰਮੇਵਾਰ ਰੈਗੂਲੇਟਰੀਂ ਅਥਾਰਟੀਆਂ ਨੂੰ ਮਿਲ ਕੇ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਨੇ ਤਾਂ ਜੋ ਭਾਰਤੀ ਖੋਜ ਵਿੱਚ ਨਿਰਮਾਣ ਵਿੱਚ ਇਕਸਾਰਤਾ ਤੇ ਸਰਵਉੱਚ ਆਲਮੀ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨੇ ਐਮਰਜੈਂਸੀ ਵਰਤੋ ਦੇ ਅਧਿਕਾਰਾਂ ਤੇ ਦਵਾਈ ਦੇ ਨਿਰਮਾਣ ਅਤੇ ਖਰੀਦ ਨਾਲ ਜੁੜੇ ਅਹਿਮ ਪਹਿਲੂਆਂ ਦਾ ਵੀ ਜਾਇਜ਼ਾ ਲਿਆ। ਕੋਵਿਡ-19 ਟੀਕਾਕਰਨ ਦੀ ਖੋਜ ਅਤੇ ਵਿਕਾਸ ਲਈ ਸਰਕਾਰ ਨੇ ਕੋਵਿਡ-19 ਸੁਰੱਖਿਆ ਪ੍ਰੀਸ਼ਦ ਤਹਿਤ 900 ਕਰੋੜ ਰੁਪਏ ਦੀ ਸਹਾਇਤਾ ਉਪਲਬਧ ਕਰਵਾਈ ਏ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਮੁਖ ਸਕੱਤਰ, ਸਿਹਤ ਬਾਰੇ ਨੀਤੀ ਆਯੋਗ ਦੇ ਮੈਂਬਰ, ਕੈਬਨਿਟ ਸਕੱਤਰ, ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ, ਸੇ ਸਕੱਤਰ, ICMR ਦੇ ਡੀਜੀ, ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਤੇ ਸਬੰਧਤ ਵਿਭਾਗਾਂ ਦੇ ਸਕੱਤਰਾਂ ਨੇ ਵੀ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸ਼ੁਰੂ ਹੋ ਰਹੇ 15ਵੇਂ ਜੀਵੀ ਸੰਮੇਲਨ ਵਿੱਚ ਹਿੱਸਾ ਲੈਣਗੇ ਦੋ ਦਿਨਾਂ ਤੱਕ ਚੱਲਣ ਵਾਲੇ ਇਸ ਸੰਮੇਲਨ ਦੀ ਪ੍ਰਧਾਨਗੀ ਸਾਊਦੀ ਅਰਬ ਵੱਲੋਂ ਕੀਤੀ ਜਾ ਰਹੀ ਹੈ ਇਸ ਵਾਰ ਦੇ ਸੰਮੇਲਨ ਦਾ ਵਿਸ਼ਾ ਹੈ ਸਬਨਾ ਲਈ 21ਵੀਂ ਸਦੀ ਦੇ ਮੌਕੇ ਦਾ ਅਹਿਸਾਸ ਸਿਖਰ ਸੰਮੇਲਨ ਸੰਬੰਧੀ ਮੀਟਿੰਗ ਵਰਚੁਅਲ ਢੰਗ ਨਾਲ ਹੋਵੇਗੀ ਇਸ ਸਾਲ ਜੀਵੀ ਦੀ ਇਹ ਦੂਜੀ ਮੀਟਿੰਗ ਹੈ ਜੀਵੀ ਦੀ ਇਸ ਮੀਟਿੰਗ ਦੌਰਾਨ ਮੁੱਖ ਤੌਰ ਤੇ ਕੋਵਿਡ-19 ਤੋਂ ਬਾਅਦ ਦੀ ਸਥਿਤੀ ਮਗਰੋਂ ਲਗਾਤਾਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਤੇ ਵਿਚਾਰ ਚਰਚਾ ਹੋਵੇਗੀ ਇਸ ਮੌਕੇ ਜੀਵੀ ਆਗੂਆਂ ਵੱਲੋਂ ਮਹਾਮਾਰੀ ਤੋਂ ਬਾਅਦ ਦੀ ਤਿਆਰੀ ਰੋਜ਼ਗਾਰ ਦੇ ਨਵੇਂ ਮੌਕਿਆਂ ਨੂੰ ਵਧਾਉਣਾ ਤੇ ਨੌਕਰੀਆਂ ਦੀ ਬਹਾਲੀ ਦੇ ਢੰਗ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾウਦੀ ਅਰਬ ਦੇ ਰਾਜਕੁਮਾਰ ਵਿਚਾਲੇ ਹੋਏ ਟੈਲੀਫੋਨ ਤੇ ਗੱਲਬਾਤ ਮਗਰੋਂ ਇਸ ਸਾਲ ਮਾਰਚ ਦੇ ਅਖੀਰ ਵਿੱਚ ਜੀਵੀ ਦਾ ਵਿਸ਼ੇਸ਼ ਲੀਡਰ ਸੰਮੇਲਨ ਕਰਵਾਇਆ ਗਿਆ ਸੀ ਜਿਸ ਵਿੱਚ ਆਗੂਆਂ ਵਿਚਾਲੇ ਬਣੀ ਸਹਿਮਤੀ ਦੇ ਚਲਦਿਆਂ ਜੀਵੀ ਦੇਸ਼ਾਂ 'ਚ ਸਮੇਂ ਸਿਰ ਲੋੜਿੰਦੇ ਕਦਮ ਚੁੱਕਣ ਨਾਲ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਤੇ ਸਹਾਇਤਾ ਮਿਲੀ। ਇਸ ਸੰਜੇ ਉਪਰਾਲੇ ਨੇ ਦੁਨੀਆ ਨੂੰ ਆਪਸੀ ਤਾਲਮੇਲ ਦੀ ਇੱਕ ਦਿਸ਼ਾ ਦਿਖਾਉਣ ਦਾ ਵੀ ਕੰਮ ਕੀਤਾ। ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੂਬਿਆਂ ਦੇ ਪੇਂਡੂ ਵਿਕਾਸ ਮੰਤਰੀਆਂ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਪੇਂਡੂ ਆਵਾਸ ਯੋਜਨਾ ਬਾਰੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਲਾਪਾਤਰੀਆਂ ਨੂੰ ਸਿਰਫ ਮਕਾਨ ਹੀ ਨਹੀਂ ਉਪਲਬਧ ਕਰਵਾਏ ਜਾ ਰਹੇ ਸਗੋਂ ਇਸ ਦੀ ਮਦਦ ਨਾਲ ਪਰਿਵਾਰਾਂ ਦੀ ਗਰੀਬੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਯੋਜਨਾ ਦੇਸ਼ ਦੇ ਕਰੋੜਾਂ ਗਰੀਬ ਪਰਿਵਾਰਾਂ ਦੇ ਲੋਕਾਂ ਨਾਲ ਜੁੜਨ ਦਾ ਇਹ ਇੱਕ ਸੁਨਹਿਰੀ ਮੌਕਾ ਹੈ ਉਹਨਾਂ ਨੇ ਕਿਹਾ ਇਸ ਯੋਜਨਾ ਨੇ ਕਈ ਲੋੜਵੰਦ ਗਰੀਬ ਪਰਿਵਾਰਾਂ ਨੂੰ ਇੱਜ਼ਤ ਨਾਲ ਰਹਿਣ ਲਈ ਇੱਕ ਛੱਤ ਦਿੱਤੀ ਹੈ ਕੇਂਦਰੀ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਯੋਜਨਾ ਦੇ ਘੇਰੇ ਅੰਦਰ ਵੱਧ ਤੋਂ ਵੱਧ ਲਾਪਾਤਰੀਆਂ ਨੂੰ ਲਿਆਉਣ ਦਾ ਸੱਦਾ ਦਿੱਤਾ 2022 तक हर गरीब को छत मिल जाए जो उसके अपने स्वामित्व की होगी इस दिशा में तेजी से काम चल रहा है अभी तक मंत्रालय ने राज्यों के साथ मिलकर एक करोड़ बीस लाख आवास का काम पूरा कर लिया है और आने वाले समय में ਬਹੁਤ ਤੇਜ਼ ਗਤੀ ਸੇ ਇਸ ਕੰਮ ਕੋ ਕਰਕੇ ਹਮ ਲਖਸ਼ ਕੋ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਹੁਣ ਤੱਕ 1 ਕਰੋੜ 20 ਲੱਖ ਪੱਕੇ ਮਕਾਨ ਪਿੰਡੂ ਲਾਕਿਆਂ ਚ ਬਣਾਏ ਜਾ ਚੁਕੇ ਨੇ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਪਿੰਡੂ ਆਵਾਸ ਯੋਜਨਾ ਦੀ ਸ਼ੁਰੂਆਤ 2016 ਵਿੱਚ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਯੋਜਨਾ ਦੇ ਪਹਿਲੇ ਗੇੜ ਤਹਿਤ 3 ਸਾਲਾਂ ਚ 1 ਕਰੋੜ ਪਿੰਡੂ ਇਲਾਕਿਆਂ ਚ ਪੱਕੇ ਮਕਾਨ ਬਣਾਉਣ ਦਾ ਟੀਚਾ ਸੀ ਜਿਸ ਦੀ ਸਫਲਤਾ ਪੂਰਵਕ ਸ਼ਲਾੰਗਾ ਯੋਗ ਹੈ ਦੂਜੇ ਗੇਟ ਤਹਿਤ 3 ਸਾਲਾਂ 'ਚ 1 ਕਰੋੜ 95 ਲੱਖ ਮਕਾਨ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਖਰੀਫ ਫਸਲਾਂ ਦੇ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ ਝੋਨੇ ਸਮੇਤ ਹੋਰਨਾਂ ਫਸਲਾਂ ਦੀ ਖਰੀਦ ਦਾ ਕੰਮ ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ 'ਚ جاری ਹੈ। ਪੰਜਾਬ ਸਮੇਤ ਝੋਨੇ ਦੀ ਪੈਦਾਵਾਰ ਕਰਨ ਵਾਲੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ, ਗੁਜਰਾਤ, ਕੇਰਲ, ਤੇਲੰਗਾਨਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਝੋਨੇ ਦੀ ਖਰੀਦ ਦਾ ਕੰਮ ਬਿਨਾਂ ਕਿਸੇ ਰੋਕ-ਟੋਕ ਤੋਂ جاری ਹੈ। ਕੱਲ੍ਹ ਸ਼ਾਮ ਤੱਕ ਦੇਸ਼ ਵਿੱਚ ਕੁੱਲ 292.01 ਲੱਖ ਮੀਟ्रिक टन ਝੋਨੇ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ ਇਸ ਸਾਲ ਦੇ ਦੌਰਾਨ ਪਿਛਲੇ ਸਾਲ 247.52 ਲੱਖ ਮੀਟ्रिक टन ਝੋਨਾ ਖਰੀਦਿਆ ਗਿਆ ਸੀ ਇਸ ਸਾਲ ਦੀ ਖਰੀਦ ਵਿੱਚ 17.97% ਦਾ ਵਾਧਾ ਦਰਜ ਹੋਇਆ ਹੈ ਹੁਣ ਤੱਕ ਹੋਏ ਝੋਨੇ ਦੀ ਕੁੱਲ ਖਰੀਦ ਵਿੱਚੋਂ ਇਕੱਲੇ ਪੰਜਾਬ ਨੇ 200.74 ਲੱਖ ਮੀਟ੍ਰਿਕ ਟਨ ਦਾ ਯੋਗਦਾਨ ਦਿੱਤਾ ਹੈ ਜਿਹੜਾ ਕੁੱਲ ਖਰੀਦ ਦਾ 68.74% ਹੈ ਹੁਣ ਤੱਕ ਹੋਈ ਝੋਨੇ ਦੀ ਖਰੀਦ ਤਹਿਤ 25 ਲੱਖ 34000 ਤੋਂ ਵੱਧ ਕਿਸਾਨਾਂ ਨੂੰ ਐਮਐਸਪੀ ਤਹਿਤ 55132 ਕਰੋੜ ਰੁਪਏ ਤੋਂ ਵੱਧ ਦਾ ਲਾਭ ਮਿਲ ਚੁੱਕਾ ਹੈ ਐਮਐਸਪੀ ਤਹਿਤ ਕਪਾਹ ਦੀ ਖਰੀਦ ਵੀ ਪੰਜਾਬ ਸਮੇਤ ਹੋਰ ਨਾਲ ਸੰਬੰਧਿਤ ਸੂਬਿਆਂ ਤੇ ਜਾਰੀ ਹੈ ਕੱਲ੍ਹ ਸ਼ਾਮ ਤੱਕ 5710 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ 1872353 ਕਪਾਹ ਗੰਡਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਨਾਲ 370000 ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ ਹੈ ਪੰਜਾਬ ਦੇ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਸੂਬੇ ਅੰਦਰ ਅਗਲੇ 3 ਮਹੀਨਿਆਂ ਦੌਰਾਨ ਚੱਲਣ ਵਾਲੀ ਸਾਈਬਰ ਸੁਰੱਖਿਆ ਮੁਹਿੰਮ ਦੀ ਕੱਲ ਰਸਮੀ ਤੌਰ ਤੇ ਸ਼ੁਰੂਆਤ ਕੀਤੀ। ਚੰਡੀਗੜ੍ਹ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਸਾਲ ਇਹ ਮੁਹਿੰਮ ਸਾਈਬਰ ਪੀਸ ਆਫ ਫਾਊਂਡੇਸ਼ਨ ਸੂਬਾ ਸਰਕਾਰ ਤੋਂ ਪੁਰਸਕਾਰ ਜੇਤੂ ਸਿਵਲ ਸੁਸਾਇਟੀ ਸੰਸਥਾ ਅਤੇ ਸਾਈਬਰ ਸੁਰੱਖਿਆ ਬਾਰੇ ਮਹਾਰਾਦੇਸ ਮੂਵ ਵੱਲੋਂ ਸਾਂਝੇ ਤੌਰ ਤੇ ਚਲਾਈ ਜਾਂਦੀ ਹੈ। ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਮੌਜੂਦਗੀ 'ਚ ਇਸ ਮਹਿੰਮ ਦੀ ਸ਼ੁਰੂਆਤ ਕਰਦਿਆਂ ਮੁਖ ਸਕੱਤਰ ਨੇ ਦੱਸਿਆ ਕਿ ਐਨਸੀਆਰਬੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2019 ਵਿੱਚ 28000 ਤੋਂ ਵੱਧ ਸਾਈਬਰ ਮਾਮਲੇ ਦਰਜ ਹੋਏ ਨੇ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਮਹਿੰਮਾਂ ਸਮੇਂ ਦੀ ਲੋੜ ਹੈ ਮਹਾਜਨ ਨੇ ਕਿਹਾ ਕਿ ਸਿਰਫ ਡਿਜੀਟਲ ਸਾਖਰਤਾ ਦੇ ਕਾਰਨ ਦੇ ਚਲਦਿਆਂ ਸੈਂਕੜੇ ਲੋਕਾਂ ਦੇ ਬੈਂਕ ਖਾਤਿਆਂ 'ਚੋਂ ਮਿਹਨਤ ਨਾਲ ਕਮਾਏ ਪੈਸੇ ਨੂੰ ਗਵਾਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਮੁਹਿੰਮ ਔਰਤਾਂ ਤੇ ਬੱਚਿਆਂ ਨੂੰ ਆਨਲਾਈਨ ਪਲੇਟਫਾਰਮਾਂ ਦੀ ਵਰਤੋਂ ਕਰਦਿਆਂ ਗੋਪਨੀਯਤਾ ਨੂੰ ਯਕੀਨੀ ਬਣਾਉਣ ਦੇ ਢੰਗ ਤਰੀਕਿਆਂ ਤੇ ਸਾਧਨਾ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਉਹਨਾਂ ਇਸ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ ਕਿ ਲੋੜ ਪੈਣ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਪਹੁੰਚ ਕਰਕੇ ਕਿਸ ਤਰ੍ਹਾਂ ਨਾਲ ਆਨਲਾਈਨ ਠੱਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਮੁਖ ਸਕੱਤਰ ਨੇ CBSE ਪ੍ਰਕਾਸ਼ਨ ਵੱਲੋਂ ਸਾਈਬਰ ਸੇਫਟੀ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ ਜਿਸ ਦਾ ਪੰਜਾਬ ਪੁਲਿਸ ਦੀ ਕਮਿਊਨਿਟੀ ਮਾਮਲਿਆਂ ਬਾਰੇ ਡਿਵੀਜ਼ਨ ਵੱਲੋਂ ਪੰਜਾਬੀ ਚ ਅਨੁਵਾਦ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਸੂਬਾ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਾਈਬਰ ਜੁਰਮਾਂ ਉੱਪਰ ਵਿਸ਼ੇਸ਼ ਤੌਰ ਤੇ ਬਣਾਏ ਸੂਬਾ ਪੱਧਰੀ ਸਾਈਬਰ ਕ੍ਰਾਈਮ ਥਾਣਿਆਂ ਵਿੱਚ ਅਹਿਮ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਾਈਬਰ ਕ੍ਰਾਈਮ ਇਕਾਈਆਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਾਈਬਰ ਕ੍ਰਾਈਮ ਕੇਸ ਦਰਜ ਕਰਨ ਤੇ ਉਹਨਾਂ ਦੀ ਜਾਂਚ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਈਬਰ ਜੁਰਮਾਂ ਤੇ ਹੋ ਰਹੇ ਜਾਂਚ ਦੌਰਾਨ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਆਨਲਾਈਨ ਅਤੇ ਡਿਜੀਟਲ ਥਗੀਆਂ ਦੌਰਾਨ ਜ਼ਿਆਦਾਤਰ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਹੀ ਥਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਸੁਚੇਤ ਰਹਿੰਦੇ ਆਨਲਾਈਨ ਭੁਗਤਾਨ ਦੇ ਟੰਗ ਤਰੀਕਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। 4 ਦਿਨਾਂ ਤੱਕ ਚੱਲਿਆ ਛੱਟ ਪੂਜਾ ਦਾ ਤਿਹਾਰ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੜ੍ਹਦੇ ਸੂਰਜ ਨੂੰ ਅਰਗ ਦੇਣ ਦੇ ਨਾਲ ਮੁਕੰਮਲ ਹੋ ਗਿਆ ਹੈ ਛੱਟ ਪੂਜਾ ਦਾ ਤਿਹਾਰ ਸੂਰਤ ਦੇਵਤਾ ਅਤੇ ਉਹਨਾਂ ਦੀ ਪਤਨੀ ਊਸ਼ਾ ਨੂੰ ਸਮਰਪਿਤ ਹੁੰਦਾ ਹੈ ਇਸ ਤਿਹਾਰ ਦੌਰਾਨ ਸ਼ਰਧਾਲੂ ਊਰਜਾ ਜੀਵਨ ਸ਼ਕਤੀ ਅਤੇ ਤਰਤੀ ਉਤੇ ਆਪਣੇ ਜੀਵਨ ਲਈ ਸੂਰਤ ਦੇਵਤਾ ਦਾ ਧੰਨਵਾਦ ਕਰਦੇ ਨੇ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਸੂਰਤ ਦੇਵਤਾ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਬੁੱਧਵਾਰ ਨੂੰ ਇਸ਼ਨਾਨ ਅਤੇ ਖਾਣ ਪੀਣ ਦੀਆਂ ਰਸਮਾਂ ਨਾਲ ਸ਼ੁਰੂ ਹੋਇਆ ਛੱਟ ਪੂਜਾ ਦੇ ਤਿਹਾਰ ਦੌਰਾਨ ਸ਼ਰਧਾਲੂ ਪਵਿੱਤਰ ਨਦੀਆਂ ਤੇ ਪਾਣੀ ਦੇ ਸਵਛ ਸੋਮਿਆਂ ਵਿੱਚ 36 ਘੰਟਿਆਂ ਲਈ ਬਿਨਾਂ ਕੁਝ ਖਾਦੇ ਜਾਂ ਪਾਣੀ ਪੀਤੇ ਵਰਤ ਰੱਖਦੇ ਨੇ। ਉਹਨਾਂ ਆਪਣੇ ਇਸ ਵਰਤ ਦੀ ਸਮਾਪਤੀ ਅਰਗਮ ਅਗਰੋਂ ਛੱਠ ਪ੍ਰਸ਼ਾਦ ਲੈ ਕੇ ਕੀਤੀ ਜਿਸ ਨੂੰ ਪ੍ਰਾਣ ਕਿਹਾ ਜਾਂਦਾ ਏ। ਸ਼ਰਧਾਲੂਆਂ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਲੈਂਦੇ ਹੋਏ ਸੂਰਜ ਦੀ ਵੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਸੀ। ਇਸ ਸਾਲ ਇਹ ਤਿਹਾਰ ਕੋਵਿਡ-19 ਮਹਾਮਾਰੀ ਦੇ ਚਲਦਿਆਂ ਮਨਾਇਆ ਗਿਆ। ਕਈ ਲੋਕਾਂ ਨੇ ਕੋਵਿਡ-19 ਪ੍ਰੋਟੋਕੋਲ ਨੂੰ ਬਣਾਈ ਰੱਖਣ ਲਈ ਨਕਲੀ ਤਲਾਬਾਂ ਤੇ ਜਲ ਘਰਾਂ 'ਚ ਆਪਣੇ ਘਰ 'ਚ ਹੀ ਰਹਿ ਕੇ ਸੂਰਜ ਦੇਵਤਾ ਦੀ ਪੂਜਾ ਅਰਚਨਾ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਆ ਗਿਆ ਦੋ ਨਮਸਕਾਰ